ਸਰ ਮੂਹਰੇ ਟਰਾਲੀ ਜਾ ਰਹੀ ਜੀ, ਟਰਾਲੀ ਨੇ ਪਹਿਲਾਂ ਮੋਟਰਾਂ ਨਾਲ ਗਿਰੇ ਜੀ ਦੋ ਬੰਦੇ, ਅਤੇ ਫਿਰ ਦੂਸਰੇ ਪਾਸੇ ਟਰਾਲੀ ਘੁੰਮਾ ਕੇ ਨਾ ਮੇਰੇ ਮੂਹਰੇ ਗੱਡੀ 'ਤੇ ਕਰਤੀ ਜੀ। ਮੈਂ ਗੱਡੀ ਰੋਕ ਲਈ ਆਪਣੀ ਜੀ, ਮਗਰ ਮੇਰੇ ਬੱਸ ਆ ਰਹੀ ਸੀ, ਬੱਸ ਵਾਲਿਆਂ ਨੇ ਮੇਰੇ ਵਿੱਚੋਂ ਗੱਡੀ ਮਾਰੀ ਸਰ। ਕਿੰਨੇ ਜਿਹੜੇ ਤੁਹਾਡੇ ਕਿੰਨੇ, ਤੁਸੀਂ ਕਿੱਥੇ ਜਾ ਰਹੇ ਸੀ? ਅਸੀਂ ਰੋਡ ਮਾਜਰੇ ਜਾ ਰਹੇ ਸੀ ਪ੍ਰੋਗਰਾਮ 'ਤੇ। ਕਿੰਨੇ ਤੁਹਾਡੇ ਜਿਹੜੇ ਸਾਥੀ? ਸਾਢੇ ਤਿੰਨ ਬੰਦਿਆਂ ਦੀਆਂ ਸੱਟਾਂ ਵੱਜੀਆਂ ਜੀ, ਗੰਭੀਰ ਸੱਟਾਂ। ਹਾਂਜੀ, ਇਸ ਟਾਈਮ ਕਿੱਥੇ ਹੋ? ਉਹ 32 ਭੇਜਤੇ ਜੀ NHI की तरफ से, हमारी एम्बुलेंस है। और अभी जो एक्सीडेंट हुआ है, ये हमारे ड्राइवर साहब हैं, मैं मेडिकल स्टाफ हूँ, और यहाँ करीब हमने 5 मरीज जो है मोरिंड हॉस्पिटल में जो है भर्ती करा दिया। उनका रिसिंग भी ले लिया आपने? ये रिसिंग अपने पास ये जी, मोरे ट्रैली जा रही थी कि वो जी खड़ी है ट्रैली सामने, उन्हें पहला मोटरसाइकिल वाले वो जो मोटरसाइकिल पे आएगा उन्हें साइड मारी, मोटरसाइकिल छेड़ते थले, पर एकदम ड्राइवर साइड मोड़ी तो मागरे से नोवा आती थी, नोवा के मागर मैं एकदम जो कट मारे उन्हें ट्रैली हफल की नो वाले ने ब्रेक मारे तो वो मगरी मैं सीगा, तो मगरी मेरी गड्डी नोवा च बजी आ गई। तो जेडे मोटरसाइकिल कट मार के गया सीगा, सैट के गया जी मोटरसाइकिलों, वो फुट के गया साड़ी नोवा गड्डी के मूहरे आ गए, कुछ क मेरी गड्डी के मूहरे आ गए, जेडे ट्रैली वाला मोटरसाइकिल वालों कट मार के गया सीगा। नोवा दूसरे पास जा डिगी? हाँ, मगर जो गड्डी बची नोवा दूसरे पास। कितनी स्पीड सी अपनी गड्डी? का नॉर्मल चढ़ाई चढ़ रही है जी, नॉर्मल 45-40 स्पीड सी चढ़ाई चढ़ रही है पुल की, ਤੁਹਾਨੂੰ ਪਤਾ ਵੀ ਟ੍ਰੈਫਿਕ ਕਿੰਨੀ ਦੇ ਪੁਲ ਤੇ 40 ਕਿਸ ਮੀਟਰ ਦੇ। ਬ੍ਰੇਕ ਨਹੀਂ ਲੱਗੀ ਜੀ? ਬ੍ਰੇਕ ਲੱਗਿਆ ਜੀ, ਜਦੋਂ ਬ੍ਰੇਕ ਲੱਗੇ ਅਚਾਨਕ 1 ਸਕਿੰਟ ਚ ਕੀ ਹੁੰਦਾ ਜੀ, 1 ਸਕਿੰਟ ਦੇ ਵਿੱਚ ਹੋ ਗਿਆ ਸਾਰਾ ਕੁਝ ਤੁਰੇ ਜਾਂਦੇ ਗੱਡੀ। ਸਾਡੇ ਕੋਲੇ 15 ਦੇ ਕਰੀਬ ਮਰੀਜ਼ ਆਏ ਜੀ ਟੋਟਲ, ਉਹਨਾਂ ਚੋਂ ਜਿਹੜੇ 7 ਸੀਗੇ ਜੀ ਅਸੀਂ ਸਿੰਪਲ ਫਸਟ ਏਡ ਦੇ ਕੇ ਉਹਨਾਂ ਨੂੰ ਭੇਜ ਦਿੱਤਾ, ਅਤੇ 6 ਪੇਸ਼ੈਂਟਾਂ ਨੂੰ ਹੈਡ ਇੰਜਰੀ ਸੀ ਅਤੇ ਮੇਜਰ ਇੰਜਰੀਆਂ ਸੀਗੀਆਂ ਜੀ, ਉਹਨਾਂ ਨੂੰ ਰੈਫਰ ਕੀਤਾ ਗਿਆ, ਐਂਬੂਲੈਂਸ ਬੁਲਾ ਕੇ ਉਹਨਾਂ ਨੂੰ 6 ਪੇਸ਼ੈਂਟ ਨੂੰ ਅਸੀਂ ਰੈਫਰ ਕੀਤਾ ਜੀ। ਬਾਕੀ ਦੋ ਇੱਕ ਸੌਫਟ ਟਿਸ਼ੂ ਇੰਜਰੀ ਸੀਗੀਆਂ 2 ਪੇਸ਼ੈਂਟ ਨੂੰ, ਉਹਨਾਂ ਨੂੰ ਰੈਲੇਵੈਂਟ ਡਾਕਟਰਸ ਕੋਲ ਭੇਜ ਦਿੱਤਾ ਗਿਆ। ਕਿਸੇ ਦੀ ਮੌਤ ਨਹੀਂ ਹੋਈ ਹੈ ਜੀ, ਕੋਈ ਡੈੱਡ ਬਾਡੀ ਸਾਡੇ ਕੋਲ ਨਹੀਂ। 1:15 ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀ ਵੀ ਜਿਹੜਾ ਆਪਣਾ ਕਲਾਸ ਫੈਕਟਰੀ ਕੋਲ ਜਿਹੜਾ ਸਰੰਦ ਬਾਈਪਾਸ ਹੈ ਪੁਲ ਕੋਲ, ਪੁਲ ਦੇ ਉੱਪਰ ਕੋਈ ਐਕਸੀਡੈਂਟ ਹੋਇਆ 2-3 ਗੱਡੀਆਂ ਦਾ, ਜਿਹਦੇ ਵਿੱਚ ਇੱਕ ਟਰਾਲੀ ਹੈਗੀ ਹੈ, ਟਰੈਕਟਰ ਟਰਾਲੀ ਹੈ, ਦੂਜਾ ਇੱਕ ਮੋਟਰਸਾਈਕਲ ਹੈਗਾ, ਇੱਕ ਇਨੋਵਾ ਗੱਡੀ ਹੈਗੀ ਹੈ, ਅਤੇ ਇੱਕ ਬੱਸ PRTC ਦੀ। ਇਹਨਾਂ ਦੇ 4 ਗੱਡੀਆਂ ਦੇ ਐਕਸੀਡੈਂਟ ਹੋਇਆ, ਜਿਹੜਾ ਸਭ ਤੋਂ ਅੱਗੇ ਟਰੈਕਟਰ ਟਰਾਲੀ ਸੀ ਅਤੇ ਮੋਟਰਸਾਈਕਲ ਸੀਗਾ, ਅਤੇ ਉਸ ਤੋਂ ਬਾਅਦ ਜਿਹੜੀ ਇਨੋਵਾ ਗੱਡੀ ਹੈਗੀ ਹੈ ਉਹਦੇ ਪਿੱਛੋਂ ਆ ਕੇ ਬੱਸ ਵਿੱਚ ਵੱਜੀ ਹੈ, ਜਿਹਨਾਂ ਦੇ ਵਿੱਚੋਂ 8 ਬੰਦੇ ਹੁਣ ਤੱਕ ਦਾ ਪਤਾ ਲੱਗਿਆ ਜਿਹੜੇ ਕਿ ਇੰਜਰਡ ਨੇ, ਅਤੇ ਉਹਨਾਂ 'ਚੋਂ 6 ਬੰਦੇ ਜਿਹੜੇ ਹੈ ਅੱਗੇ ਰੈਫਰ ਕੀਤੇ ਗਏ ਹੈ, 2 ਬੰਦੇ ਇੱਥੇ ਸਿਵਲ ਹੋਸਪਿਟਲ 'ਚ ਨੇ। ਬਾਕੀ ਹੁਣ ਜਿਹੜੀ ਹੈ ਇਨਕੁਆਇਰੀ ਕਰ ਰਹੇ ਹਾਂ, ਜੋ ਪੜਤਾਲ ਕਰਕੇ ਜਿਹੜੀ ਕਾਰਵਾਈ ਬਣਦੀ ਹੈ ਉਹ ਮੁੱਚ ਲੈਂਦੀ ਹੋਊਗੀ।